ਕਿੰਨੀ ਦੇਰ ਤੋਂ ਤੁਸੀਂ ਇੱਥੇ ਰਹਿ ਰਹੇ ਜੇ? ਅਸੀਂ 30 ਸਾਲ ਹੋ ਗਏ ਇੱਥੇ ਰਹਿ ਰਹੇ। ਅੱਛਾ, ਹਾਂਜੀ। ਅਤੇ ਕੀ ਸਰਕਾਰੀ ਸਹੂਲਤਾਂ ਕੁਛ ਮਿਲੀਆਂ ਤੁਹਾਨੂੰ? ਸਰਕਾਰੀ ਸਹੂਲਤਾਂ ਸਰਕਾਰ ਨੇ ਤਾਂ ਸਾਨੂੰ, ਚਲੋ ਇਹ ਵੀ ਪਰੇਸ਼ਾਨੀ ਹੁੰਦੀ, ਹਰ ਸਾਲ ਵੀਜ਼ਾ ਰਿਨਿਊ ਕਰਨਾ ਪੈਂਦਾ, ਜਿਹਦੇ ਕਰਕੇ ਥੋੜ੍ਹੀ ਪਰੇਸ਼ਾਨੀ ਆ ਗਈ, ਬੰਦਾ ਕਾਰੋਬਾਰ 'ਚ ਨਿਕਲ ਜਾਂਦਾ ਵਾ ਹੁੰਦਾ। ਹਾਂਜੀ, ਬਹੁਤ। ਅਤੇ ਇਹਨਾਂ ਕਿੰਨਾ ਕੁ ਫਾਇਦਾ ਹੋਏਗਾ ਜੀ ਤੁਹਾਨੂੰ? ਦੇਖੋ ਜੀ, ਅਸੀਂ ਤਾਂ ਪੁਲਿਸ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਇਹ ਰੂਲ ਲਾਗੂ ਕੀਤਾ, ਅਤੇ ਜੇ ਨਾਗਰਿਕਤਾ ਦਿੱਤੀ ਜਾਏਗੀ ਤਾਂ ਹੋਰ ਇਸ ਤੋਂ ਵੱਡੀ ਖੁਸ਼ੀ ਤੋਂ ਵੱਡੀ ਤਾਂ ਗੱਲ ਕੋਈ ਨਹੀਂ, ਕਿਉਂਕਿ ਉਹ ਜੋ 2019 ਕਿ ਪਤਾ ਨਹੀਂ ਕਿਹੜੇ 'ਚ ਆਇਆ ਸੀ, ਉਦੋਂ ਅੱਜ ਪਾਸ ਕੀਤਾ ਵਾ, ਲਾਗੂ ਵੀ ਕਰਤਾ ਵਾ, ਲੇਕਿਨ ਜਦ ਤੱਕ ਪੰਜਾਬ ਸਰਕਾਰ ਤੱਕ ਨਹੀਂ ਪਹੁੰਚਦਾ ਸਾਨੂੰ, ਸਾਡੀ ਜਿਹੜੀ ਉਹ ਵਜੂਦ ਨਹੀਂ ਮਿਲਦਾ ਤਦ ਤੱਕ। ਆਪਣਾ ਨਾਂ ਦੱਸ ਕੇ ਅਤੇ ਜਿਹੜੀ ਅੱਜ ਤੁਹਾਨੂੰ ਖੁਸ਼ੀ ਮਿਲੀ ਹੈ, ਕੀ ਕਹਿਣਾ ਚਾਹੋਗੇ? ਜੀ, ਮੇਰਾ ਨਾਂ ਸੁਰਬੀਰ ਸਿੰਘ ਆ। ਅਸੀਂ ਭਾਰਤ ਦੇ ਵਾਸੀ, ਅੱਛਾ 30 ਸਾਲਾਂ ਤੋਂ ਅਸੀਂ ਅਫਗਾਨਿਸਤਾਨ ਤੋਂ ਭਾਰਤ ਛੱਡ ਕੇ ਅਫਗਾਨਿਸਤਾਨ ਭਾਰਤ ਆਏ ਸਾਂ, ਪੰਜਾਬ ਵਿੱਚ ਘਰ, ਅਤੇ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਆਏ ਹਾਂ। ਸਾਨੂੰ ਬਹੁਤ ਖੁਸ਼ੀ ਹੈ ਜਿਹੜਾ ਕੱਲ੍ਹ ਬਿੱਲ ਪਾਸ ਹੋਇਆ ਵਾ, ਅਤੇ ਇਸ ਦੇ ਸਾਡਾ ਖੁਸ਼ੀ ਪਰ ਪ੍ਰਗਟਾਵਾ ਨਹੀਂ ਹੋਤਾ ਜਾ ਸਕਦਾ, ਕਿਉਂਕਿ ਪਿਛਲੇ 30 ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ, ਲੇਕਿਨ ਇੱਦਾਂ ਰਹਿ ਰਹੇ ਹਾਂ ਕਿ ਸਾਡਾ ਆਪਣਾ ਮੁਲਕ ਨਹੀਂ ਹੈ, ਫਿਰ ਵੀ ਇੱਕ ਬੇਗਾਨਾ ਹੈ। ਕਿਉਂ? ਕਿਉਂਕਿ ਸਾਨੂੰ ਇੱਥੋਂ ਦੀ ਪਛਾਣ ਨਹੀਂ ਮਿਲੀ ਸੀ, ਪਛਾਣ ਅਸੀਂ ਇੱਥੋਂ ਦੇ ਹੀ ਹਾਂ, ਹਿੰਦੂ ਸਿੱਖ ਭਾਈ ਅਸੀਂ ਇੱਥੋਂ ਦੇ ਹੀ ਹਾਂ, ਲੇਕਿਨ ਸਾਨੂੰ ਆਪਣੀ ਪਛਾਣ ਨਹੀਂ ਦਿੱਤੀ। ਪਰ ਜਿੱਥੋਂ ਅੱਜ ਕੱਲ੍ਹ ਰਾਤੀ ਸਾਨੂੰ ਪਤਾ ਲੱਗਿਆ ਕਿ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੇ ਸਾਡੇ ਪਿਛੋਕੜ 'ਚ ਸਾਡੇ ਜਿਹੜੇ ਬੰਦੇ ਸੀ, ਸਾਡੇ ਭਰਾ, ਸਾਡੇ ਬੱਚੇ ਜਿਹੜੇ ਵਿਛੜ ਗਏ ਸੀ, ਸਾਡੀਆਂ ਮਾਵਾਂ, ਉਹਨਾਂ ਨੂੰ ਅਪਣਾ ਲਿੱਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਗੱਲ ਲਾਇਆ ਜਾਵੇ। ਤਾਂ ਉਹ ਸਾਨੂੰ ਬਹੁਤ ਬਹੁਤ ਧੰਨਵਾਦ ਹੈ ਮੋਦੀ ਸਰਕਾਰ ਦਾ, ਭਾਰਤ ਸਰਕਾਰ ਦਾ, ਕਿ ਜਿਹੜਾ ਸਾਨੂੰ ਉਹਨਾਂ ਨੇ ਆਪਣੀ ਪਛਾਣ ਦੇ ਦਿੱਤੀ ਹੈ, ਉਹਨਾਂ ਨੇ ਰੂਲ ਲਾਗੂ ਕਰਤਾ ਹੈ। ਅਤੇ ਸਾਨੂੰ ਇਹ ਬੇਨਤੀ ਇਹਨਾਂ ਅੱਗੇ ਕਿ ਜਲਦ ਤੋਂ ਜਲਦ ਸੈਂਟਰ ਤੋਂ ਪੰਜਾਬ ਸਟੇਟ ਨੂੰ ਦਿੱਤਾ ਜਾਵੇ, ਜਾਂ ਤਾਂ ਜੋ ਇੱਥੋਂ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਾਲੇ ਸਾਨੂੰ ਆਪਣੀ ਨਾਗਰਿਕਤਾ ਦੇਣ। ਦੇਖਿਆ ਜਾਂਦਾ ਕਿ ਜਿੰਨਾ ਚਿਰ ਨਾਗਰਿਕਤਾ ਨਹੀਂ ਹੁੰਦੀ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਹਾਂਜੀ ਬਿਲਕੁਲ ਜੀ, ਬਿਲਕੁਲ ਇਸ ਦਾ ਸਾਹਮਣਾ ਕਰਨਾ ਪੈਂਦਾ ਨੇ। ਵੈਸੇ ਤਾਂ ਕੋਈ ਪਰੇਸ਼ਾਨੀ ਨਹੀਂ ਆਈ ਸਾਡੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ, ਜਾਂ ਮੁਲਾਜ਼ਮਾਂ ਵੱਲੋਂ, ਜਾਂ FRRO ਵੱਲੋਂ, ਜਾਂ ਪੁਲਿਸ ਵਾਲਿਓ, ਇਨਕੁਆਇਰੀ ਵਾਲਿਓ, ਕਿਸੇ ਵੱਲੋਂ ਨਹੀਂ ਆਈ। ਲੇਕਿਨ ਇਹ ਜਿੱਦਾਂ ਹੁਣ ਉਹ ਆਪਣੀ ਡਿਊਟੀ ਨਿਭਾ ਰਹੇ ਨੇ, ਆਪਣਾ ਫਰਜ਼ ਨਿਭਾ ਰਹੇ ਨੇ। ਜਿੱਦਾਂ ਹੁਣ ਸਾਡਾ ਵੀਜ਼ਾ ਮੁੱਕ ਜਾਂਦਾ ਨੇ ਅਤੇ ਅਸੀਂ ਵੀਜ਼ਾ ਅਪਲਾਈ ਕਰਨ ਜਾਂਦੇ ਹਾਂ, ਲੇਕਿਨ ਉਹਦੇ ਲਈ ਸਾਨੂੰ ਬੜਾ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਨੇ। ਕੋਈ ਗਵਾਂਢੀ ਨੂੰ ਬੁਲਾਓ, ਕੋਈ ਆਪਣਾ ਇੱਥੋਂ ਦੇ ਜਿਹੜੇ ਕੌਂਸਲਰ ਉਹਦੇ ਕੋਲ ਸੈਨ ਕਰਾਓ, ਕੋਈ ਉੱਧਰ ਦੇ ਸੈਨ ਕਰਾਓ, ਲੇਕਿਨ ਬੰਦਾ ਇੱਕ ਵਾਰੀ ਨਹੀਂ ਨਾ, ਪਹਿਲੇ 4 ਸਾਲ ਦਾ ਵੀਜ਼ਾ ਸੀ, ਫਿਰ 3 ਸਾਲ ਦਾ, ਹੁਣ 2 ਸਾਲ ਦਾ ਕਰਤਾ, ਹੁਣ 6-6 ਮਹੀਨੇ ਦਾ ਕਰਤਾ ਵਾ। 6 ਮਹੀਨੇ ਤਾਂ ਇਹ ਨਿਕਲਦੇ ਨੇ ਜਿਵੇਂ ਅੱਜ ਸੋ, ਤਾਂ ਅਗਲੇ ਦਿਨ 6 ਮਹੀਨੇ ਹੋ ਜਾਂਦੇ ਨੇ। ਅਤੇ ਉਹਦੇ ਨਾਲ ਸਾਨੂੰ ਸੀ ਇਹ ਪਰੇਸ਼ਾਨੀ ਹੁੰਦੀ ਸੀ ਕਿ ਵਾਰ ਵਾਰ ਦੁਕਾਨਾਂ ਛੱਡ ਕੇ ਹਫ਼ਤਾ 10-10 ਦਿਨ ਅਪਲਾਈ ਵਾਸਤੇ ਜਾਂਦੇ ਸਾਂ। ਅਸੀਂ ਉਹਨਾਂ ਨੂੰ ਇਹ ਵੀ ਮੰਗ ਰੱਖਦੇ ਸਾਂ ਕਿ ਸਾਨੂੰ ਕੋਲ ਤੁਸੀਂ ਹਰ ਤਰ੍ਹਾਂ ਦੀ ਇਨਕੁਆਇਰੀ ਕਰਾਓ, ਲੇਕਿਨ ਸਾਨੂੰ ਵੀਜ਼ਾ ਨਹੀਂ ਚਾਹੀਦਾ, ਸਾਨੂੰ ਨਾਗਰਿਕਤਾ ਚਾਹੀਦੀ ਹੈ। ਅਸੀਂ ਬਹੁਤ ਥੱਕ ਚੁੱਕੇ ਹਾਂ। ਹੁਣ ਮੋਦੀ ਸਰਕਾਰ ਨੇ ਇਹ ਬਿਆਨ ਲੈ ਕੇ ਸਾਡੀ ਦਿਲ ਦੀਆਂ ਖੁਸ਼ੀਆਂ ਬਹੁਤ ਵਧੀਆ ਕੀਤਾ ਸਾਡੀ ਦਿੱਤੀਆਂ ਨੇ।